ਛੋਟੀ ਬੱਚੀ ਨੇ ਜੋ ਚਲੋ ਜਿੰਨਾ ਵੀ ਸੁਣਾਇਆ ਬਹੁਤ ਵਧੀਆ ਸੁਣਾਇਆ। ਕੀ ਨਾਮ ਹੈ ਬੇਟਾ? ਜਸਕਰਨ ਸਿੰਘ। ਜਸਕਰਨ ਸਿੰਘ, ਅੱਛਾ ਅੱਜ ਕੀ ਪ੍ਰੋਗਰਾਮ ਹੈ? ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆ, ਅੱਜ ਬਹੁਤ ਖੁਸ਼ੀ ਦਾ ਦਿਨ ਆ। ਮੈਂ ਇਹੀ ਕਾਮਨਾ ਕਰਦਾ ਵਾਂ ਕਿ ਇਹ ਸਾਰਾ ਦਿਨ ਵਧੀਆ ਜਾਵੇ। ਸੋ ਇਹ ਵੀ ਭਾਈ ਆਪ ਜੀ ਨੂੰ ਇੱਕ ਕਵਿਤਾ ਸਰਵ ਪਾਉਣਗੇ। ਆਓ ਮੈਂ ਨਿਰਮਲ ਸਿੰਘ, ਸਰਪੰਚ ਡੇਲੋਂ। ਮੈਂ ਲੋਹੜੀ ਤੇ ਮਾਘੀ ਦੇ ਸ਼ੁਭ ਅਵਸਰ ਤੇ ਸਾਰੇ ਭਾਰਤ ਵਾਸੀਆਂ ਨੂੰ, ਬਾਹਰ ਰਹਿੰਦੇ ਦੇਸ਼ ਵਿਦੇਸ਼ ਰਹਿੰਦੇ ਵਾਸੀਆਂ ਨੂੰ, ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਮੇਰੇ ਨਗਰ ਡੇਲੋਂ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਕਰਦਾ ਕਿ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਜਨਮ ਦਿਨ 'ਤੇ ਅੱਜ ਸਾਡੇ ਨਗਰ ਡੇਲੋਂ ਨੇ ਦੇ ਗੁਰਦੁਆਰਾ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿੱਚ ਪਹਿਲਾਂ 2 ਦਿਨ ਪਹਿਲਾਂ ਇੱਥੇ ਨਗਰ ਕੀਰਤਨ ਵੀ ਸਜਾਏ ਗਏ, ਜਿਸ ਵਿੱਚ ਸਾਰੇ ਰਾਗੀ ਸਿੰਘਾਂ ਨੇ ਬਹੁਤ ਵਧੀਆ ਕੀਰਤਨ ਕਰਿਆ ਅਤੇ ਨਿਹੰਗ ਸਿੰਘਾਂ ਨੇ ਗੱਤਕੇ ਦੇ ਬਹੁਤ ਵਧੀਆ ਜੌਹਰ ਦਿਖਾਏ। ਅਤੇ ਅੱਜ ਇਸ ਪ੍ਰੋਗਰਾਮ ਵਿੱਚ ਬਹੁਤ ਵਧੀਆ ਲੰਗਰ ਦੀ ਸੇਵਾ ਜੋ ਚੱਲ ਰਹੀ ਹੈ ਅਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ, ਔਰ ਸਾਰੇ ਨਗਰ ਦੀ ਸੇਵਾ ਨਾਲ ਜੋ ਵੀ ਅੱਜ ਜੋ ਪ੍ਰਕਾਸ਼ ਉਤਸਵ ਹੋਇਆ ਸੀ ਸਾਰੇ ਨਗਰ ਦੀ ਸਹਾਇਤਾ ਨਾਲ ਹੋਇਆ। ਅਤੇ ਬਹੁਤ ਹੀ ਅਸੀਂ ਵੀ, ਮੈਂ ਆਪਣੇ ਵੱਲੋਂ ਵੀ ਇਸ 352ਵੇਂ ਦਿਵਸ 'ਤੇ ਲੋਕਾਂ ਨੂੰ ਅਪੀਲ ਕਰਦਾ ਕਿ ਨਸ਼ੇ ਛੱਡ ਕੇ ਗੁਰੂ ਘਰ ਨਾਲ ਜੁੜੋ, ਤਾਂ ਜੋ ਆਪਾਂ ਤੋਂ ਇੱਕ ਵਧੀਆ ਇੱਕ ਜੋ ਆਪਾਂ ਨੂੰ ਸੱਚੇ ਰਾਹ 'ਤੇ ਚੱਲਣ ਦੀ ਸ਼ਖਸੀਅਤ ਦਿੱਤੀ ਆ ਗੁਰੂ ਸਾਹਿਬ ਨੇ, ਉਸਦੇ ਰਸਤਿਆਂ 'ਤੇ ਆਪਾਂ ਚੱਲ ਸਕੀਏ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਇਹ ਗਾਂ ਅੱਗੇ ਤੋਂ ਵੀ ਆਪਾਂ ਜੋ ਅਜਿਹੇ ਪ੍ਰੋਗਰਾਮ ਨੇ, ਗੁਰੂਆਂ ਦੇ ਪ੍ਰੋਗਰਾਮ ਨੇ ਗੇ, ਆਪਾਂ ਬਹੁਤ ਹੀ ਵਧੀਆ ਢੰਗ ਨਾਲ ਮਨਾਈਏ ਤਾਂ ਜੋ ਲੋਕਾਂ ਦੇ ਵਿੱਚ ਇੱਕ ਵਧੀਆ ਪਿਆਰ ਸਤਿਕਾਰ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਹਰ ਪ੍ਰਗਟਿਓ ਮਰਦ ਅਗੰਬੜਾ, ਬਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਸਰਵਸਦਾਨੀ ਸਹਿਤ ਕਮਾਲ ਮਰਦ ਅਗੰਬੜਾ। ਜਿਨ੍ਹਾਂ ਦੇ ਬਾਰੇ ਭਾਈ ਨੰਦ ਲਾਲ ਜੀ ਲਿਖਦੇ ਨੇ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ, ਸ਼ਾਹਾਂ ਦੇ ਸ਼ਹਿਨ ਸ਼ਾਹ
ਮੇਰੇ ਸਤਿਗੁਰੂ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦਾ ਆਗਮਨ ਪੁਰਬ ਅੱਜ ਨਗਰ ਡੇਲੋ ਦੀ ਸਮੂਹ ਸੰਗਤ ਦੇ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਡੇਲੋ ਵਿਖੇ ਮਨਾਇਆ ਗਿਆ ਹੈ। ਸਮੂਹ ਲੋਕਲ ਕਮੇਟੀ ਲੋਕਲ ਪ੍ਰਬੰਧਕ ਕਮੇਟੀ ਦੇ ਵੱਲੋਂ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਮੁੱਚਾ ਹੀ ਕਾਰਜ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਮੈਂ ਨਗਰ ਦੀ ਸਮੁੱਚੀ ਸੰਗਤ ਨੂੰ ਸਮੁੱਚੇ ਨਾਨਕ ਲੇਵਾ ਸੰਗਤਾਂ ਨੂੰ ਸਾਰੇ ਸੰਸਾਰ ਦੀ ਸੰਗਤ ਨੂੰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸੱਚੇ ਪਾਤਸ਼ਾਹ ਦੇ ਚਰਣਾਂ ਦੇ ਵਿੱਚ ਅਰਦਾਸ ਹੈ ਕਿਉਂਕਿ ਅੱਜ ਦੇ ਦਿਨ ਉੱਤੇ ਜੇ ਕੋਈ ਗੱਲ ਕੀਤੀ ਜਾ ਸਕਦੀ ਹੈ ਉਹ ਗੱਲ ਇੱਕ ਹੀ ਹੈ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਖੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ। ਕਿਉਂਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜਿੰਨੇ ਵੀ ਕੌਤਕ ਨੇ ਉਹ ਨਿਰਾਲੇ ਨੇ, ਉਹ ਕੌਤਕ ਚਾਹੇ ਪਟਨਾ ਸਾਹਿਬ ਦੀ ਧਰਤੀ ਦੇ ਨੇ, ਉਹ ਕੌਤਕ ਚਾਹੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਨੇ, ਉਹ ਕੌਤਕ ਚਾਹੇ ਪੌਂਟਾ ਸਾਹਿਬ ਦੀ ਧਰਤੀ ਦੇ ਨੇ, ਉਹ ਕੌਤਕ ਚਾਹੇ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੀ ਧਰਤੀ ਦੇ ਨੇ, ਸਾਰੇ ਹੀ ਕੌਤਕ ਨਿਰਾਲੇ ਨੇ। ਪਰ ਸਤਿਗੁਰਾਂ ਦਾ ਜੋ ਨਿਰਾਲਾ ਕੌਤਕ ਹੈ ਉਹ ਕੌਤਕ ਸੀ ਖਾਲਸਾ ਪੰਥ ਦੀ ਸਾਜਨਾ ਕਰਨੀ। ਖਾਲਸਾ ਪੰਥ ਦੀ ਸਾਜਨਾ ਜੋ ਕਿ 1699 ਈਸਵੀ ਵਿਸਾਖੀ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕੀਤੀ ਹੈ ਔਰ ਪੰਜ ਸਿੰਘਾਂ ਨੂੰ ਖਾਲਸਾ ਸਜਾ ਕੇ ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲਈ ਹੈ। ਇਸੇ ਕਰਕੇ ਉਹਨਾਂ ਨੂੰ ਵਾਹ ਪ੍ਰਗਟਿਓ ਮਰਦ ਅਗੰਬੜਾ ਰਿਆਮ ਅਕੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿੱਥੇ ਸਤਿਗੁਰੂ ਜੀ ਆਪ ਗੁਰੂ ਨੇ ਉੱਥੇ ਹੀ ਚੇਲਾ ਬਣ ਕੇ ਅੰਮ੍ਰਿਤ ਦੀ ਵੀ ਯਾਚਨਾ ਕੀਤੀ। ਸੋ ਅੱਜ ਦੇ ਦਿਹਾੜੇ ਉੱਤੇ ਇਹੀ ਸਮੁੱਚੀ ਸੰਗਤ ਨੂੰ ਜੇ ਕੋਈ ਸਤਿਗੁਰੂ ਦਾ ਸੰਦੇਸ਼ ਹੋ ਸਕਦਾ ਹੈ ਉਹ ਇਹੀ ਹੋ ਸਕਦਾ ਹੈ ਕਿ ਅਸੀਂ ਸਿੱਖੀ 'ਤੇ ਪਰਪੱਕ ਹੋਈਏ, ਅਸੀਂ ਸਿੱਖੀ ਦੇ ਨਾਲ ਜੁੜੀਏ, ਅਸੀਂ ਅੰਮ੍ਰਿਤਧਾਰੀ ਹੋਈਏ। ਅੱਜ ਦਾ ਜਿਹੜਾ ਨੌਜਵਾਨ ਹੈ, ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜੋ ਕਿ ਸਿੱਖੀ ਤੋਂ ਮੁਨਕਰ ਹੁੰਦੀ ਜਾ ਰਹੀ ਹੈ, ਜਿੱਥੇ ਸਿਰਾਂ ਤੋਂ ਕੇਸ ਲੈ ਰਹੇ ਨੇ, ਦਸਤਾਰਾਂ ਲੈ ਰਹੀਆਂ ਨੇ, ਜਿੱਥੇ ਮੂੰਹਾਂ ਤੋਂ ਸਾਡੇ ਦਾੜੀਆਂ ਗਾਇਬ ਹੋ ਰਹੀਆਂ ਨੇ, ਇਹੀ ਉਸ ਮਾਲਕ ਦੇ ਚਰਣਾਂ ਵਿੱਚ ਬੇਨਤੀ ਹੈ। ਸਮੁੱਚੀ ਹੀ ਸੰਗਤ ਨੂੰ ਇਹੀ ਇੱਕ ਸੰਦੇਸ਼ ਹੋ ਸਕਦਾ ਹੈ ਕਿ ਅਸੀਂ ਸਿੱਖੀ ਦੇ ਨਾਲ ਜੁੜੀਏ, ਕਿਉਂਕਿ ਸਤਿਗੁਰਾਂ ਨੇ ਸਾਨੂੰ ਪੰਜ ਕਕਾਰ ਬਖਸ਼ੇ। ਪੰਜਾਂ ਕਕਾਰਾਂ ਦੇ ਵਿੱਚੋਂ ਪਹਿਲਾ ਜਿਹੜਾ ਕਕਾਰ ਹੈ ਉਹ ਕੇਸ ਹੀ ਗਿਣਿਆ ਜਾਂਦਾ ਹੈ। ਕੇਸ ਕੀ ਹੈ? ਕੇਸ ਸਿੱਖਾਂ ਦੀ ਆਇਡੈਂਟੀ ਹੈ ਭਾਈ। ਕੇਸ ਸਿੱਖੀ ਦੀ ਮੋਹਰ ਹਨ, ਕੇਸ ਗੁਰੂ ਦੀ ਮੋਹਰ ਹਨ, ਕੇਸ ਗੁਰੂ ਦੀ ਨਿਸ਼ਾਨੀ ਹਨ। ਐਵੇਂ ਕੋਈ ਸਰਦਾਰ ਨਹੀਂ ਬਣ ਜਾਂਦਾ। ਸਰਦਾਰ ਜਿਹਦੇ ਸਿਰ 'ਤੇ ਕੇਸ, ਸਿਰ 'ਤੇ ਦਸਤਾਰ, ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਉਹ ਸਰਦਾਰ ਨਹੀਂ, ਉਹ ਸੱਚਮੁੱਚ ਸਰਦਾਰਾਂ ਦਾ ਸਰਦਾਰ ਹੈ। ਸੋ ਅੱਜ ਦੇ ਇਸ ਦਿਹਾੜੇ ਦਾ ਇਹੀ ਸੰਦੇਸ਼ ਹੈ ਕਿ ਅਸੀਂ ਸਿੱਖੀ ਦੇ ਨਾਲ ਜੁੜਨਾ ਹੈ, ਅਸੀਂ ਊੜੇ ਦੇ ਨਾਲ ਔਰ ਜੂੜੇ ਦੇ ਨਾਲ ਜੁੜਨਾ ਹੈ ਭਾਈ, ਅਸੀਂ ਬਾਣੀ ਦੇ ਨਾਲ ਜੁੜਨਾ ਹੈ, ਬਾਣੀ ਔਰ ਬਾਣੀ ਦੇ ਧਾਰਨੀ ਹੋਈਏ, ਅੰਮ੍ਰਿਤਧਾਰੀ ਹੋਈਏ। ਕਿਉਂਕਿ ਸਤਿਗੁਰੂ ਦੇ ਬਚਨ ਕੀ ਨੇ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਅੱਜ ਵੀ ਕਲਗੀਧਰ ਪਾਤਸ਼ਾਹ ਸਾਡੇ ਵਿੱਚ ਨੇ, ਕਿਸ ਤਰ੍ਹਾਂ? ਖਾਲਸੇ ਦੇ ਰੂਪ ਦੇ ਵਿੱਚ। ਅੱਜ ਵੀ ਜੇ ਕਿਸੇ ਨੇ ਕਲਗੀਧਰ ਦੇ ਦਰਸ਼ਨ ਕਰਨੇ ਨੇ ਉਹ ਖਾਲਸੇ ਦੇ ਦਰਸ਼ਨ ਕਰਕੇ, ਖਾਲਸੇ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ। ਕਿਉਂਕਿ ਇੱਕ ਗੱਲ ਮੇਰੇ ਹੁਣ ਚੇਤੇ ਆ ਰਹੀ ਹੈ, ਉਹ ਗੱਲ ਕੀ ਸੀ? ਕਹਿੰਦੇ ਇੱਕ ਸਿੱਖ ਸੀ ਜਿਹੜਾ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਉਹਦੀ ਸੇਵਾ ਕਿਤੇ ਸਤਿਗੁਰਾਂ ਨੇ ਦੂਰ ਲਾ ਦਿੱਤੀ ਹੈ। ਹੁਣ ਉਹ ਕਹਿਣ ਲੱਗਾ ਕਲਗੀਧਰ ਪਾਤਸ਼ਾਹ ਜੀ, ਉਹ ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਪ੍ਰਸ਼ਾਦਾ ਸਕਦਾ ਹਾਂ, ਮੈਂ ਤੁਹਾਡੇ ਤੋਂ ਦੂਰ ਹੋ ਗਿਆ ਤਾਂ ਤੁਹਾਡੇ ਦਰਸ਼ਨ ਨਹੀਂ ਹੋਣੇ। ਤਾਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੱਖਾ ਇੰਝ ਕਰਿਆ ਕਰ, ਪੰਜ ਸਿੱਖਾਂ ਦੇ ਦਰਸ਼ਨ ਕਰ ਲਈ, ਤੈਨੂੰ ਮੇਰੇ ਦਰਸ਼ਨ ਹੋ ਜਾਣਗੇ। ਸਤਿਗੁਰੂ ਜੀ, ਜੇ ਪੰਜ ਸਿੰਘ ਨਾ ਮਿਲਣ
ਕਹਿੰਦੇ ਤੂੰ ਕਿਸੇ ਇੱਕ ਸਿੰਘ ਦੇ ਦਰਸ਼ਨ ਕਰ ਲਈ ਤੈਨੂੰ ਮੇਰੇ ਦਰਸ਼ਨ ਹੋ ਜਾਣਗੇ। ਸਤਿਗੁਰੂ ਜੀ ਜੇ ਇੱਕ ਵੀ ਸਿੰਘ ਨਾ ਮਿਲਿਆ ਕਹਿੰਦਾ ਫਿਰ ਤੂੰ ਇੰਝ ਕਰੀ ਸ਼ੀਸ਼ੇ ਦੇ ਵਿੱਚ ਖੜ੍ਹਾ ਹੋ ਕੇ ਆਪਣਾ ਹੀ ਚਿਹਰਾ ਦੇਖ ਲਈ ਕਿਉਂਕਿ ਤੈਨੂੰ ਆਪਣੇ ਚਿਹਰੇ ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ। ਉਹ ਸਤਿਗੁਰੂ ਨੇ ਖਾਲਸੇ ਨੂੰ ਬੜੀਆਂ ਵਡਿਆਈਆਂ ਬਖਸ਼ੀਆਂ ਨੇ, ਖਾਲਸੇ ਨੇ ਸਤਿਗੁਰਾਂ ਨੇ ਬੜੀਆਂ ਬਖਸ਼ਾਂ ਬਖਸ਼ੀਆਂ ਨੇ। ਸੋ ਅੱਜ ਦੇ ਦਿਹਾੜੇ ਉੱਤੇ ਇਹੀ ਅਸੀਂ ਪ੍ਰਣ ਕਰੀਏ ਕਿ ਅਸੀਂ ਗੁਰੂ ਦੇ ਖਾਲਸੇ ਸਜਣਾ ਹੈ, ਸਿੰਘ ਸਜਣਾ ਹੈ, ਅੰਮ੍ਰਿਤਧਾਰੀ ਹੋਣਾ ਹੈ, ਸਿੱਖੀ ਦੇ ਨਾਲ ਜੁੜਨਾ ਹੈ, ਸਿੱਖੀ 'ਤੇ ਪਰਪੱਕ ਹੋਣਾ ਹੈ। ਉਹ ਸਿੱਖੀ ਜਿਹਦੇ ਲਈ ਸਤਿਗੁਰਾਂ ਨੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਮੁੱਚੀ ਹੀ ਸੰਗਤ ਨੂੰ ਸਤਿਗੁਰਾਂ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ, ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।